ਹਮਦਰਦ ਟੀਵੀ ਦੇ ਟੋਰਾਂਟੋ ਸਟੂਡੀਓ ਤੋਂ ਅਮਰ ਸਿੰਘ ਭੁੱਲਰ ਹਮਦਰਦ ਮਹਿਫਲ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ 'ਚ ਹਾਜ਼ਰ ਹੈ। ਜਿਵੇਂ ਕਿ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਬੋਲੀ ਵੱਖ ਵੱਖ ਤਰ੍ਹਾਂ ਨਾਲ ਬੋਲੀ ਜਾਂਦੀ ਹੈ। ਜਿਸ ਤਰ੍ਹਾਂ ਮਾਝੇ ਦੇ ਵਿੱਚ ਜੇ ਅਸੀਂ ਸੋਚੀਏ ਤਾਂ ਉੱਥੇ ਜਦੋਂ ਵੀ ਕਿਸੇ ਭਰਾ ਨੂੰ ਕੋਈ ਆਪਣੇ ਬ੍ਰਦਰ ਨੂੰ ਜਾਂ ਆਪ ਤੋਂ ਵੱਡੇ ਨੂੰ ਗੱਲ ਕਰਦਾ ਭਾਊ ਜੀ ਕਹਿ ਕੇ ਕਰਦਾ, ਦੁਆਬੇ ਦੇ ਵਿੱਚ ਭਾਅ ਜੀ ਕਹਿ ਕੇ ਕਰਦੇ ਨੇ, ਪਰ ਜੇ ਅਸੀਂ ਦੇਖੀਏ ਮਾਲਵੇ ਦੇ ਵਿੱਚ ਉੱਥੇ ਬਾਈ ਜੀ ਕਿਹਾ ਜਾਂਦਾ। ਬਾਈ ਜੀ ਤੁਸੀਂ ਘੈਂਟ ਹੋ। ਨਹੀਂ ਨਹੀਂ ਮੈਂ ਤੁਹਾਡੀ ਗੱਲ ਨਹੀਂ ਕਰ ਰਿਹਾ, ਮੈਂ ਗੱਲ ਕਰ ਰਿਹਾ ਨਵੀਂ ਆਉਣ ਵਾਲੀ ਪੰਜਾਬੀ ਫਿਲਮ ਦੀ, ਜਿਹੜੀ 11 ਦਸੰਬਰ ਨੂੰ ਦੁਨੀਆ ਭਰ ਦੇ ਵਿੱਚ ਰਿਲੀਜ਼ ਹੋ ਰਹੀ ਹੈ। ਆਓ ਦਿਖਾਉਂਦੇ ਹਾਂ ਫਿਲਮ ਦਾ ਇੱਕ ਪ੍ਰੋਮੋ। ਕੋਈ ਇਮੇਜ ਹੈ ਤੇਰੀ, ਹੋਟਲਾਂ ਨੂੰ ਲੈਕਚਰ ਦੇਗਾ ਤੂੰ ਵੱਡਾ ਇੰਟੈਲੀਜੈਂਟ। ਵੋਟਾਂ ਚ ਮੈਂ ਖੜਾ ਹੋਵਾਂ, ਉਹ ਵੀ ਯਾਦ ਉਮੀਦਵਾਰ। ਉਹ ਯਾਰ ਤੁਹਾਡਾ ਦਿਮਾਗ ਠੀਕ ਹੈ? ਇਹ ਸੀ ਫਿਲਮ ਦਾ ਪ੍ਰੋਮੋ। ਅੱਜ ਅਸੀਂ ਇਸ ਫਿਲਮ ਦੇ ਹੀਰੋ ਰੁਪਨ ਬਲ ਨਾਲ ਅਸੀਂ ਮੁਲਾਕਾਤ ਕਰਾਉਣ ਜਾ ਰਹੇ ਹਾਂ। ਮੈਂ ਸਭ ਤੋਂ ਪਹਿਲਾਂ ਇਹ ਗੱਲ ਦੱਸਣੀ ਚਾਹੁੰਦਾ ਕਿ ਰੁਪਨ ਬਲ ਛੋਟੀ ਉਮਰ ਦੇ ਸੀ ਜਦੋਂ ਉਹ ਕੈਨੇਡਾ ਆ ਗਏ, ਅਤੇ ਉਹਨਾਂ ਨੇ ਕਿਸ ਤਰ੍ਹਾਂ ਇਹ ਫਿਲਮ ਬਣਾਈ, ਕਿਸ ਤਰ੍ਹਾਂ ਦਾ ਤਜਰਬਾ ਰਿਹਾ, ਅਤੇ ਇਹਦੇ ਬਾਰੇ 'ਚ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਰੁਪਨ ਬਲ ਜੀ ਨਾਲ। ਸਭ ਤੋਂ ਪਹਿਲਾਂ ਰੁਪਨ ਜੀ ਤੁਹਾਨੂੰ ਨਿੱਘਾ ਸਵਾਗਤ ਹੈ ਤੁਹਾਡਾ ਸਟੂਡੀਓ 'ਚ। ਥੈਂਕ ਯੂ ਫੋਰ ਇਨਵਾਈਟਿੰਗ ਮੀ ਓਵਰ ਹੇਅਰ, ਐਂਡ ਮੈਂ ਵੀ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਕਹਿਣਾ ਚਾਹੁੰਦਾ ਵਾਂ। ਅਤੇ ਪਹਿਲੀ ਵਾਰੀ ਮੈਨੂੰ ਮੌਕਾ ਮਿਲਿਆ ਵਾ ਭੁੱਲਰ ਭਾਅ ਜੀ ਦੇ ਨਾਲ ਬਹਿ ਕੇ ਗੱਲਾਂ ਕਰਨ ਦਾ, ਅਤੇ ਮੈਂ ਬਹੁਤ ਖੁਸ਼ ਹਾਂ ਕਿ ਇੱਥੇ ਆਪਾਂ ਇੱਕ ਕੋਨਵਰਸੇਸ਼ਨ ਕਰਾਂਗੇ, ਇੱਕ ਮੇਰੇ ਬਾਰੇ ਜਾਣਨ ਦੀ ਕੋਸ਼ਿਸ਼ ਕਰਾਂਗੇ, ਅਤੇ ਇੱਕ ਮੂਵੀ ਬਾਰੇ ਗੱਲਾਂ ਕਰਾਂਗੇ। ਸੋ ਦੈਟਸ ਆਈ ਐਮ ਅਮੇਜ਼ਡ ਟੂ ਬੀ ਹੇਅਰ। ਰੁਪਨ ਜੀ ਤੁਸੀਂ ਕੈਨੇਡਾ ਦੇ ਜੰਮਪਲ ਹੋ? ਨਹੀਂ ਮੈਂ ਕੈਨੇਡਾ ਦਾ ਨਹੀਂ ਹਾਂ, ਮੈਂ 2005 ਦੇ ਵਿੱਚ ਕੈਨੇਡਾ ਆਇਆ ਸੀ। ਕਿੰਨੀ ਉਮਰ ਦੇ ਸੀ ਉਸ ਟਾਈਮ? 14 ਸਾਲਾਂ ਦਾ ਸੀ ਉਦੋਂ। ਓਕੇ, ਹਾਂਜੀ ਹਾਂਜੀ। ਕਿਹੜੀ ਜਗ੍ਹਾ ਉੱਥੇ ਤੁਹਾਡਾ? ਮੈਂ ਬੋਰਨ ਹੋਇਆ ਸੀ ਪਿੰਡ ਧਾਰੀਵਾਲ ਅੰਮ੍ਰਿਤਸਰ ਦੇ ਵਿੱਚ। ਓਕੇ, ਹਾਂਜੀ ਹਾਂਜੀ। ਪਰ ਤੁਹਾਡੀ ਫਿਲਮ ਦਾ ਨਾਂ ਜਿਹੜਾ ਮਾਲਵੇ 'ਤੇ ਰੱਖਿਆ ਗਿਆ? ਹਾਂਜੀ, ਬਾਈ ਜੀ ਮੈਂ ਯੂਜ਼ ਟੂ ਨਹੀਂ ਹੈਗਾ ਸੀ ਇਹ ਚੀਜ਼ਾਂ ਦੀ, ਪੰਜਾਬੀ ਮੈਂ ਬੋਲਦਾ ਸੀ, ਪੰਜਾਬੀ ਮੇਰੀ ਇੱਥੇ ਦੇ ਮੁਕਾਬਲੇ ਕਾਫੀ ਵਧੀਆ ਵਾ। ਮਗਰ ਜਦੋਂ ਮੈਂ ਮੂਵੀ ਕਰਨ ਗਿਆ ਅਤੇ ਉਹ ਜਦੋਂ ਬਾਈ ਜੀ ਆਖਣ, ਮੈਨੂੰ ਔਡ ਲੱਗੇ ਹਰ ਚੀਜ਼ ਕਹਿਣ 'ਚ, ਕਿਉਂਕਿ ਮੈਂ ਭਾਅ ਜੀ ਜਾਂ ਪਾਊ ਜੀ ਇਹਨਾਂ ਦੇ ਵਿੱਚ ਕਾਫੀ ਮੇਰੀ ਬੋਲੀ ਹੈਗੀ ਸੀ, ਅਤੇ ਜਦੋਂ ਮੈਂ ਬਾਈ ਜੀ ਕਹਿੰਦਾ ਸੀ ਮੈਨੂੰ ਐਂ ਲੱਗਦਾ ਸੀ ਵੀ ਫੇਕ ਜਿਹਾ ਲੱਗਦਾ ਵਾ, ਮੈਨੂੰ ਫੋਰਸ ਕੀਤਾ ਜਾਂਦਾ ਬੋਲਣ ਨੂੰ, ਅਤੇ ਕਾਫੀ ਪ੍ਰੋਬਲਮ ਆਈ ਆ। ਮਗਰ ਹੌਲੀ 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 5-10 ਦਿਨਾਂ ਦੇ ਵਿੱਚ ਮੈਂ ਠੀਕ ਹੋ ਗਿਆ ਸੀ ਬਾਈ ਜੀ ਕਹਿਣਾ, ਫਿਰ ਬਾਈ ਜੀ ਕਹਿੰਦਾ ਸੀ ਸਾਰਿਆਂ ਨੂੰ। ਅੱਛਾ, ਇੱਧਰ ਫਿਲਮਾਂ ਵੱਲ ਜਾਂ ਤੁਹਾਨੂੰ ਡਰਾਮਿਆਂ ਵੱਲ ਜਿਹੜੀ ਚੇਟਕ ਹੈ, ਜਿਹੜੀ ਤੁਹਾਨੂੰ ਥੋੜ੍ਹਾ ਰੁਝਾਨ ਇੱਧਰ ਹੋਇਆ, ਇਹ ਤੁਸੀਂ ਬਚਪਨ ਤੋਂ ਪੰਜਾਬ 'ਚੋਂ ਤੁਹਾਨੂੰ ਇਹ ਸ਼ੌਕ ਜਾਗਿਆ ਜਾਂ ਕੈਨੇਡਾ 'ਚ ਆ ਕੇ? ਇਹ ਮੇਰੀ ਜਿਹੜੀ ਹੈਗੀ ਆ 2009 ਦੇ ਵਿੱਚ, 4 ਸਾਲਾਂ ਬਾਅਦ ਮੈਨੂੰ ਇੱਦਾਂ ਲੱਗਾ ਵੀ ਮੈਂ ਕੁਛ ਵੱਖਰਾ ਕਰ ਸਕਦਾ ਵਾਂ। ਕੈਨੇਡਾ ਵਿੱਚ ਇੱਕ ਲੈਂਡ ਆਫ ਓਪਰਚੁਨਿਟੀ ਆ, ਅਤੇ ਓਪਰਚੁਨਿਟੀ ਇਹੋ ਜਿਹੀ ਆ ਵੀ ਜਿਹੜਾ ਜਿਸ ਤਰ੍ਹਾਂ ਵੀ ਕੋਈ ਆਰਟਿਸਟ ਚਾਹੇ, ਕੋਈ ਵੀ ਬੱਚਾ ਚਾਹੇ, ਕੋਈ ਵੀ ਆਦਮੀ ਚਾਹੇ, ਉਹ ਕਰ ਸਕਦਾ ਵਾ। ਇੱਥੇ ਖੁੱਲ੍ਹੀ ਓਪਰਚੁਨਿਟੀ ਸੀ, ਤੁਸੀਂ ਬਸ ਟਰਾਈ ਕਰਨ ਦੀ ਲੋੜ ਹੈ ਤੁਹਾਨੂੰ। ਅਤੇ ਫਿਰ ਮੈਂ ਸੋਚਿਆ ਵੀ ਵਾਈ ਨਾਟ ਆਈ ਟਰਾਈ ਟੂ ਡੂ ਸਮਥਿੰਗ ਦੈਟ ਅਦਰ ਪੀਪਲ ਡੋਂਟ ਡੂ। ਅਤੇ ਕੈਨੇਡਾ ਦੇ ਵਿੱਚ ਮੈਂ ਕੁਛ ਆਰਟਿਸਟ ਸੁਣੇ ਸੀ, ਮਗਰ ਕੋਈ ਵੱਡੇ ਪੜਦੇ 'ਤੇ ਜਾ ਨਹੀਂ ਰਿਹਾ ਸੀ, ਅਤੇ ਫਿਰ ਮੈਂ ਕੋਸ਼ਿਸ਼ ਕੀਤੀ ਵੀ ਮੈਂ ਇੱਕ ਛੋਟਾ ਆਰਟਿਸਟ ਤੋਂ ਸ਼ੁਰੂ ਕਰਾਂ। ਤੁਸੀਂ ਹੋਰਾਂ ਨੂੰ ਵੀ ਦੇਖਿਆ ਹੋਊਗਾ ਨਾ, ਗਿੱਪੀ ਗਰੇਵਾਲ, ਹਰਭਜਨ ਮਾਨ, ਅਤੇ ਜੇ ਆਪਾਂ ਦੇਖੀਏ ਅਮਰਿੰਦਰ ਗਿੱਲ, ਸਰਬਜੀਤ ਚੀਮਾ, ਅਤੇ ਇਹ ਸਾਰੇ ਜਿਹੜੇ ਉੱਥੇ ਜਾ ਕੇ ਫਿਲਮਾਂ ਦੇ ਹੀਰੋ ਬਣੇ, ਇਹ ਕੈਨੇਡਾ ਤੋਂ ਗਏ? ਕੈਨੇਡਾ ਤੋਂ ਗਏ। ਤੁਹਾਨੂੰ ਮਾੜਾ ਮੋਟਾ ਉਹਨਾਂ ਤੋਂ ਵੀ ਕਿਤੇ ਥੋੜ੍ਹਾ ਬਹੁਤ? ਹਾਂਜੀ, ਇੰਸਪੀਰੇਸ਼ਨ ਹੋਈ ਸੀ ਮੈਨੂੰ। ਹਰਭਜਨ ਮਾਨ ਜਿਹੜੇ ਹੈਗੇ ਸੀ ਉਹ ਮੇਰੇ ਫੇਵਰੇਟ ਸੀ ਜੀ, ਉਹਨਾਂ ਦੇ ਮੈਂ ਜਦੋਂ ਗਾਣੇ ਸੁਣਦਾ ਸੀ ਉਹਨਾਂ ਨੂੰ, ਹਰ ਚੀਜ਼ 'ਤੇ ਮੇਰੇ ਉਹ ਫੇਵਰੇਟ ਹੁੰਦੇ ਸੀ, ਅਤੇ ਮੈਨੂੰ ਉਹਨਾਂ ਦਾ ਪਤਾ ਸੀ ਉਹ ਕੈਨੇਡਾ ਤੋਂ, ਬਾਕੀ ਮੈਂ ਸੋਚਦਾ ਹੁੰਦਾ ਸੀ ਇੰਡੀਆ ਤੋਂ ਆ। ਤੁਸੀਂ ਇੱਕ ਫਿਲਮ 'ਚ ਉਹਨਾਂ ਦੇ ਬੇਟੇ ਵੀ ਬਣੇ ਸੀ? ਹਾਂਜੀ ਹਾਂਜੀ, ਹਾਣੀ ਮੈਂ ਕੀਤੀ ਸੀ ਉਹਨਾਂ ਨਾਲ 2013 ਦੇ। ਬਹੁਤ ਸਾਰੇ ਲੋਕਾਂ ਤਾਂ ਸੱਚਮੁੱਚ ਇਹ ਭੁਲੇਖਾ ਪੈਂਦਾ ਸੀ ਕਿ ਤੁਸੀਂ ਸੱਚਮੁੱਚ ਉਹਨਾਂ ਦੇ ਬੇਟੇ ਹੋ। ਹਾਂਜੀ, ਉਹਨਾਂ ਦਾ ਬੇਟਾ ਵੀ ਤੁਹਾਡੀ ਉਮਰ ਦਾ, ਸੇਮ ਏਜ ਦਾ ਵਾ। ਹਾਂਜੀ, ਅਤੇ ਕਾਫੀ ਜਦੋਂ ਮੈਨੂੰ ਪਹਿਲੀ ਵਾਰੀ ਉਹ ਫੋਨ ਆਇਆ ਸੀ, ਬਹੁਤ ਹਾਸੇ ਵਾਲੀ ਸਟੋਰੀ ਹੈ, ਮੈਨੂੰ ਫੋਨ ਆਇਆ ਸੀ ਅਤੇ ਮੈਨੂੰ ਐਂ ਲੱਗਦਾ ਨਹੀਂ ਸੀ ਵੀ ਮੈਨੂੰ ਮੂਵੀ ਮਿਲੀ ਆ। ਮੈਨੂੰ ਅਜੇ ਤੱਕ ਜਦੋਂ ਤੱਕ ਮੈਂ ਇੰਡੀਆ ਨਹੀਂ ਪਹੁੰਚਿਆ ਸੀ ਅਤੇ ਮੈਨੂੰ ਐਂ ਲੱਗਦਾ ਸੀ ਵੀ ਉਹਨਾਂ ਨੇ ਕਦੀ ਇਹ ਮੂਵੀ ਝੂਠ ਆ, ਮੈਨੂੰ ਦਿੱਤੀ ਨਹੀਂ ਆ ਕਿਸੇ ਨੇ ਮੂਵੀ, ਮੈਨੂੰ ਕਿਉਂ ਮੂਵੀ ਮਿਲੂਗੀ ਕਦੀ ਜ਼ਿੰਦਗੀ ਦੇ ਵਿੱਚ। ਅਤੇ ਜਦੋਂ ਮੈਂ ਪਹੁੰਚਿਆ ਫਿਰ ਜਾ ਕੇ ਮੈਨੂੰ ਯਕੀਨ ਹੋਇਆ ਵੀ ਮੂਵੀ ਮਿਲੂਗੀ। ਅੱਛਾ, ਧਾਲੀਵਾਲ ਤੋਂ ਤੁਸੀਂ ਟੋਰਾਂਟੋ ਪਹੁੰਚੇ ਸਿੱਧਾ, ਅਤੇ ਇੱਥੇ ਪਹੁੰਚ ਕੇ ਕੀ ਕੀਤਾ ਤੁਸੀਂ? ਜਦੋਂ 2005 ਦੇ ਵਿੱਚ ਮੈਂ ਇੱਥੇ ਆਇਆ, ਸਭ ਤੋਂ ਪਹਿਲਾਂ ਮੈਂ ਹਾਈ ਸਕੂਲ ਕੀਤੀ ਇੱਥੇ ਟਰਨ ਫੈਂਟਨ ਦੇ ਵਿੱਚ, ਅਤੇ ਫਿਰ ਮੈਨੂੰ ਲੋਇਰ ਬਣਨ ਦਾ ਬਹੁਤ ਸ਼ੌਂਕ ਸੀ, ਮੈਂ ਪੋਲੀਟਿਕਸ ਦੇ ਵਿੱਚ ਜਾਣਾ ਚਾਹੁੰਦਾ ਸੀ, ਅਤੇ ਅੱਜ ਕੱਲ੍ਹ ਜਿਹਦੇ ਵੀ ਤੁਹਾਨੂੰ ਪਤਾ ਸਾਰੇ ਲੋਇਰਸ ਤੋਂ ਬਾਅਦ ਪੋਲੀਟਿਕਸ ਜਾਂਦੇ ਆ, ਅਤੇ ਫਿਰ ਮੈਂ ਵੀ ਸੋਚਿਆ ਮੈਂ ਵੀ ਲੋਇਰ ਬਣ ਕੇ ਪੋਲੀਟਿਕਸ ਜਾਊਂਗਾ। ਅੱਛਾ, ਮਾਂ ਪਿਓ ਕੀ ਚਾਹੁੰਦੇ ਸੀ, ਕੀ ਬਣੇ ਸਾਡਾ ਮੁੰਡਾ? ਉਹ ਚਾਹੁੰਦੇ ਸੀ ਕੋਈ ਕੰਪਿਊਟਰ ਸਾਇੰਸ ਦੇ ਵਿੱਚ, ਕੰਪਿਊਟਰ ਇੰਜੀਨੀਅਰਿੰਗ ਦੇ ਵਿੱਚ, ਕਿਉਂਕਿ ਮੇਰਾ ਕੰਪਿਊਟਰ ਦੇ ਵਿੱਚ ਬਹੁਤ ਜ਼ਿਆਦਾ ਧਿਆਨ ਸੀ, ਅਤੇ ਮੈਂ
ਕੁਛ ਕਰੇ ਕੁਛ ਨਾ ਕੁਛ ਕਰਦਾ ਰਹਿੰਦਾ ਸੀ ਕੰਪਿਊਟਰ ਦੇ ਨਾਲ। ਸਕੂਲ ਤੋਂ ਬਾਅਦ ਫਿਰ ਕਿੱਥੇ ਗਏ? ਫਿਰ ਮੈਂ ਯੂਨੀਵਰਸਿਟੀ ਆਫ ਗਲਫ ਦੇ ਵਿੱਚ ਕ੍ਰਿਮੀਨੋਲੋਜੀ ਦੇ ਵਿੱਚ ਐਡਮਿਸ਼ਨ ਲਿੱਤੀ ਜੀ, ਅਤੇ ਫਿਰ 2014 ਦੇ ਵਿੱਚ ਮੇਰੀ ਗ੍ਰੈਜੂਏਸ਼ਨ ਹੋਈ ਸੀ। ਇੱਕ ਇੱਥੇ ਵੀ ਤੁਹਾਡਾ ਕੋਈ ਗਰੁੱਪ ਬਣਿਆ ਹੋਇਆ ਜਿਹੜੇ ਤੁਸੀਂ ਪਲੇ ਕਰਦੇ ਹੋ? ਹਾਂਜੀ ਹਾਂਜੀ। ਅਤੇ ਉਹ ਸਾਡਾ ਉਹ ਜਿਹੜਾ ਪਲੇ ਹੈਗਾ ਵਾ, ਅਸੀਂ ਯੂਟਿਊਬ ਸਟਾਰ ਨੂੰ ਸੈਂਸੇਸ਼ਨ ਕਹਿੰਦੇ ਆ ਜੀ। 2009 ਦੇ ਵਿੱਚ, 2006 ਦੇ ਵਿੱਚ ਜਦੋਂ ਯੂਟਿਊਬ ਆਈ ਸੀ, ਅਸੀਂ 2009 ਦੇ ਵਿੱਚ ਸ਼ੁਰੂ ਕਰਤਾ ਸੀ। ਅਸੀਂ ਉੱਦਾਂ ਹੀ ਹਾਸੇ ਮਜ਼ਾਕ ਸ਼ੁਰੂ ਕੀਤਾ। ਇੱਕ ਮੁੰਡਾ ਜਸਰੇਨ ਆ ਮੇਰੇ ਨਾਲ, ਇੱਕ ਬੱਬੂ ਆ ਸਾਡਾ, ਅਸੀਂ ਸਾਡਾ ਗਰੁੱਪ ਦਾ ਨਾਮ ਪੀ ਓ ਪੀ। ਕੁੜੀਆਂ ਦੇ ਰੋਲ ਵੀ ਤੁਸੀਂ ਆਪ ਹੀ ਕਰਦੇ? ਹਾਂਜੀ ਹਾਂਜੀ, ਕੁੜੀਆਂ ਦੇ ਵਿੱਚ ਰੋਲ ਵੀ ਆਪ ਹੀ ਖੇਡਦੇ ਸੀ। ਗਰੁੱਪ ਦਾ ਨਾਮ ਪੰਗਾ ਔਨ ਪਰਪਸ, ਪੰਗਾ ਔਨ ਪਰਪਸ, ਹਾਂਜੀ ਹਾਂਜੀ, ਰੱਖਿਆ ਸੀ ਪੀ ਓ ਪੀ। ਲੋਕੀ ਜਾਣ ਬੁੱਝ ਕੇ ਕੋਈ ਨਾ ਕੋਈ ਪੁੱਠੇ ਕੰਮ ਕਰਨੇ ਜੀ। ਅਤੇ ਫਿਰ ਅਸੀਂ ਜਸਰੀਨ ਕਰਦਾ ਹੁੰਦਾ ਸੀ, ਫਿਰ ਜਸਰੀਨ ਨਾਲ ਅਸੀਂ, ਮੈਂ ਸਟੇਜ ਸ਼ੇਅਰ ਕੀਤੀ, ਛੋਟਾ ਜਿਹਾ ਮੈਂ ਰੋਲ ਕਰਦਾ ਪਲੇ ਕੀਤਾ। ਉਹਨੂੰ ਪੰਜਾਬੀ ਸਕ੍ਰਿਪਟਾਂ ਦੇਣੀਆਂ, ਆਪਾਂ ਇਕੱਠੇ ਕੰਮ ਕਰਨਾ ਸ਼ੁਰੂ ਕੀਤਾ, ਕਿਉਂਕਿ ਉਹਦਾ ਪੰਜਾਬੀ ਦੇ ਵਿੱਚ ਥੋੜ੍ਹਾ ਹੱਥ ਢਿੱਲਾ ਸੀ ਅਤੇ ਮੇਰਾ ਥੋੜ੍ਹਾ। ਜਸਰੀਨ ਤਾਂ ਇੱਥੋਂ ਦਾ ਐਗਜ਼ਾਮਪਲ ਹੈ? ਹਾਂਜੀ, ਉਹ ਇੱਥੋਂ ਦਾ ਬੋਰਨ ਹੈ। ਪਰ ਮੈਂ ਦੇਖਿਆ ਕਈ ਜਿਹੜੇ ਉਹ ਤੁਹਾਡੇ ਸਕਿੱਟ ਛੋਟੇ ਛੋਟੇ ਦਿੰਦੇ ਹੋ ਨਾ, ਉਹਦੇ 'ਚ ਵਿਅੰਗ ਜਿਹੜੇ ਕਸੇ ਹੁੰਦੇ ਨੇ ਉਹ ਸਾਡੇ ਲੋਕਾਂ ਦੇ ਕਸੇ ਹੁੰਦੇ ਨੇ ਜਿਹੜੇ ਅਸੀਂ ਆਏ ਹਾਂ ਉੱਥੋਂ, ਉਹਨਾਂ ਨੂੰ ਥੋੜ੍ਹੀ ਬਹੁਤ ਸਿੱਖਿਆ ਦੇਣ ਦੀ ਕੋਸ਼ਿਸ਼ ਕਰਦੇ ਹੋ, ਐਜੂਕੇਟ ਕਰੀਏ ਜਾਂ ਕੋਈ ਜਿਹੜੀਆਂ ਕਮੀਆਂ ਪੇਸ਼ੀਆਂ ਨੇ ਉਹ ਦਰਸਾਉਣੇ ਉਹਦੇ ਰਾਹੀਂ? ਨਹੀਂ, ਸਾਡਾ ਕੀ ਹੋ ਗਿਆ ਸੀ, ਜਦੋਂ ਸਾਡੀ ਇੰਸਪੀਰੇਸ਼ਨ ਹੈਗੀ ਸੀ ਡੇਵ ਸ਼ਪੈਲ, ਰਸਲ ਪੀਟਰ, ਇਹਨਾਂ ਇਹ ਸਾਡੇ ਵਰਗੂ ਜਦੋਂ ਅਸੀਂ ਕਾਮੇਡੀ ਕਰਦੇ ਹਾਂ ਇਹਦੇ ਕੀ ਕਰਦੇ ਹੁੰਦੇ ਸੀ, ਇਹ ਵੀ ਆਪਣੇ ਇੰਡੀਅਨ ਕਲਚਰ 'ਤੇ ਜਾਂ ਕਾਲਿਆਂ ਦੇ ਕਲਚਰ 'ਤੇ ਇਹ ਗੱਲਾਂ ਕਰਦੇ ਹੁੰਦੇ ਸੀ। ਉਹਨਾਂ ਦੇ ਜਿਹੜੇ ਔਡ ਦੀ ਚੀਜ਼ਾਂ ਹੁੰਦੀਆਂ ਸੀ ਉਹਨੂੰ ਬਾਹਰ ਲੈ ਕੇ ਆਉਂਦੇ ਸੀ, ਅਤੇ ਅਸੀਂ ਵੀ ਕੀਤਾ ਸੀ, ਆਖਿਆ ਵੀ ਜੇ ਇਹ ਕਰ ਸਕਦੇ ਆ ਤੇ ਲੋਕਾਂ ਨੂੰ ਫਨੀ ਲੱਗਦਾ ਜਦੋਂ ਆਪਣੇ ਬਾਰੇ ਕੋਈ ਗੱਲ ਸੁਣਦੇ ਆ। ਅਸੀਂ ਫਿਰ ਪੰਜਾਬੀ ਕਲਚਰ ਤੇ ਬਣਾਉਣਾ ਸ਼ੁਰੂ ਕਰਤਾ ਵੀ ਉਹਨਾਂ ਦਾ ਸਟਾਈਲ ਚੁੱਕ ਕੇ, ਘੁੱਗੀ ਜਿੱਦਾਂ ਪੋਲਿਟਿਕਸ ਤੇ ਕਰਦਾ ਸੀ ਕੋਈ ਵੀ ਕਰਦੇ, ਹਾਂਜੀ, ਤੇ ਅਸੀਂ ਫਿਰ ਸ਼ੁਰੂ ਕੀਤਾ ਸੀ ਆਪਣੀ, ਜਿਹੜੇ ਆਪਣੇ ਪੇਰੈਂਟਸ ਆ ਅਸੀਂ ਇਹਨਾਂ ਨੂੰ ਫੜ ਲਿਆ ਆਪਣੇ ਜਿਹੜੇ ਘਰ ਦੇ ਵਿੱਚੋਂ ਜੋ ਤੁਹਾਡੇ ਵਾਪਰਦਾ ਸੀ ਉਹ ਤੁਸੀਂ ਲੋਕਾਂ ਸਾਹਮਣੇ ਲਿਆਂਦਾ। ਅੱਛਾ, ਮੈਂ ਦੇਖਿਆ ਕਿ ਤੁਹਾਡੇ ਯੂਟਿਊਬ 'ਤੇ ਬਹੁਤ ਲੋਕਾਂ ਨੇ ਤੁਹਾਨੂੰ ਵੇਖਿਆ, ਤੁਸੀਂ ਰਿਕਾਰਡ ਤੋੜ ਰਹੇ, ਤੁਹਾਡੇ ਉਡੀਕਦੇ ਰਹਿੰਦੇ ਨੇ ਕਿ ਤੁਹਾਡਾ ਅਗਲਾ, ਕਿੰਨੇ ਕੁ ਲੋਕ ਹੁਣ ਤੱਕ ਤੁਹਾਡੇ ਚਲੇ ਗਏ ਯੂਟਿਊਬ? ਸਾਡੀ ਕੰਬਾਈਂਡ ਜਿਹੜੀ ਹੈਗੀ ਆ 1.3 million ਦੇ ਲਾਗੇ ਫੋਲੋਇੰਗ ਹੈਗੀ ਆ ਜੀ। ਅਤੇ ਅਸੀਂ ਜਦੋਂ ਸ਼ੁਰੂ ਕੀਤਾ ਸੀ ਉਦੋਂ 0 ਤੋਂ ਸ਼ੁਰੂ ਕੀਤਾ ਸੀ ਜੀ। ਪਹਿਲੇ ਦਿਨ ਜਦੋਂ ਅਸੀਂ ਵੀਡੀਓ ਬਣਾਈ ਸੀ ਅਤੇ ਡ੍ਰੌਪ ਕੀਤੀ ਯੂਟਿਊਬ ਦੇ ਉੱਤੇ, ਅਤੇ ਮੈਂ ਡਿਕਸੀ ਗੁਰਦੁਆਰੇ ਚਲੇ ਗਿਆ, ਅਤੇ ਡਿਕਸੀ ਗੁਰਦੁਆਰੇ ਲੋਕ ਆਲੇ ਦੁਆਲੇ ਹੋ ਗਏ ਸਾਰੇ ਜਾਣੇ, ਅਤੇ ਤੁਹਾਨੂੰ ਪਹਿਚਾਨਣ ਲੱਗ ਗਏ ਕਿ ਦੋ ਦਿਨਾਂ ਦੇ ਵਿੱਚ ਹੀ ਇੰਨਾ ਅਸਰ ਪੈ ਗਿਆ। ਅਸੀਂ ਸੋਚ ਨਹੀਂ ਸਕਦੇ ਸੀ ਵੀ ਇੱਦਾਂ ਵੀ ਕੋਈ ਚੀਜ਼ ਹੁੰਦੀ ਹੈ ਵੀ ਇੰਟਰਨੈਟ 'ਤੇ ਪਾਓ ਤਾਂ ਚੀਜ਼ ਉਸ ਵੇਲੇ ਫੈਲ ਜਾਂਦੀ ਹੈ, ਅਤੇ ਬਹੁਤ ਲੋਕਾਂ ਨੇ ਲਾਈਕ ਕੀਤਾ, ਲੋਕਾਂ ਨੇ ਫਿਰ ਉਹ ਸਾਡੀ ਇੰਸਪੀਰੇਸ਼ਨ ਬਣ ਗਈ, ਫਿਰ ਅਸੀਂ ਹੌਲੀ 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 ਹੋਰ ਸਟੈਪ ਲਿੱਤੇ ਅਤੇ ਲਗਾਤਾਰ। ਅੱਛਾ, ਫਿਲਮਾਂ ਵੱਲ ਫਿਰ ਕਿਵੇਂ ਆਉਣਾ ਹੋਇਆ ਤੁਹਾਡਾ? ਫਿਲਮਸ ਦੇ ਵਿੱਚ ਮੈਂ ਕਦੀ ਐਕਸਪੈਕਟ ਨਹੀਂ ਕੀਤਾ ਸੀ ਕਦੀ, ਕਿਉਂਕਿ ਮੈਂ ਡਿਗਰੀ ਕਰ ਰਿਹਾ ਸੀ, ਮੇਰਾ ਹੈਗਾ ਸੀ ਵੀ ਇੱਥੋਂ ਯੂਟਿਊਬ ਤੋਂ ਮੈਨੂੰ ਪੈਸੇ ਆ ਰਹੇ ਆ, ਅਸੀਂ ਪ੍ਰਮੋਸ਼ਨ ਕਰ ਕਰਕੇ ਅਤੇ ਇਹ 4-5 ਸਾਲ ਕਰਾਂਗੇ ਅਤੇ ਬਾਅਦ 'ਚ ਅਸੀਂ ਸ਼ੁਰੂ ਹੋ ਜਾਵਾਂਗੇ ਆਪਣੀ ਪੜ੍ਹਾਈ ਵੱਲ ਚੱਲ ਜਾਂਗੇ, ਕਿਉਂਕਿ ਜਸਰੇਨ ਵੀ ਮਾਰਕੀਟਿੰਗ ਕਰ ਰਿਹਾ ਸੀ ਅਤੇ ਮੈਂ ਕ੍ਰਿਮੀਨੋਲੋਜੀ ਕਰ ਰਿਹਾ ਸੀ। ਮੇਰਾ ਇਰਾਦਾ ਸੀ ਮੈਂ ਲਾਅ ਸਕੂਲ ਚਲੇ ਜਾਣਾ। 2013 ਦੇ ਵਿੱਚ ਮੈਨੂੰ ਗੁਰਸ਼ਰਨ ਮਾਨ ਜਿਹੜੇ ਹੈਗੇ ਆ ਜੀ, ਉਹਨਾਂ ਨੇ ਮੈਨੂੰ ਰਿਕਮੈਂਡ ਕੀਤਾ ਸੀ ਮੂਵੀ ਦੇ ਵਿੱਚ, ਉਹ ਕੈਨੇਡੀਅਨ ਮੁੰਡਾ ਲੱਭਦੇ ਸੀ ਅਤੇ ਅਮਤੋਜ ਸਰ ਅਤੇ ਹਰਭਜਨ ਸਰ ਉਹਨਾਂ ਨੇ ਵੇਖਿਆ ਸੀ ਮੈਨੂੰ। ਹਾਂਜੀ, ਉਹਨਾਂ ਨੇ ਮੈਨੂੰ ਯੂਟਿਊਬ 'ਤੇ ਉਹਨਾਂ ਦੇ ਬੱਚੇ ਵਿੰਦੇ ਹੁੰਦੇ ਸੀ ਸਾਨੂੰ, ਅਤੇ ਉਹਨਾਂ ਨੇ ਫਿਰ ਉੱਥੋਂ ਰਿਕਮੈਂਡ ਕੀਤਾ ਅਤੇ ਕਹਿੰਦੇ ਵੀ ਨਹੀਂ ਇਹ ਸਾਨੂੰ ਚਾਹੀਦਾ ਵਾ, ਅਤੇ ਫਿਰ ਉਦੋਂ ਮੇਰੀ ਪਹਿਲੀ ਜਿਹੜੀ ਸਿਲੈਕਸ਼ਨ ਹੋਈ ਆ। ਮੇਰਾ ਟੂਰ 'ਤੇ ਚੱਲਿਆ ਸੀ, ਮੈਂ ਯੂਕੇ ਦੇ ਟੂਰ 'ਤੇ ਚੱਲਿਆ ਸੀ ਅਤੇ ਉੱਥੋਂ ਮੇਰੀ ਸਿਲੈਕਸ਼ਨ ਹੋ ਕੇ ਮੈਂ ਇੱਧਰ ਆ ਗਿਆ। ਉਸ ਤੋਂ ਬਾਅਦ ਅਗਲੀ ਫਿਲਮ ਕਿਹੜੀ ਆਈ ਤੁਹਾਡੀ? ਅਗਲੀ ਫਿਲਮ, ਤੁਸੀਂ ਸਰਪ੍ਰਾਈਜ਼ ਹੋ ਗਏ ਇਹ ਗੱਲ ਸੁਣ ਕੇ, ਇਹ ਜਿਹੜੀ ਬਾਈ ਜੀ ਤੁਸੀਂ ਕੈਂਟ ਹੋ ਇਹ 2 ਸਾਲ ਪੁਰਾਣੀ ਫਿਲਮ ਆ। 2 ਸਾਲ ਪਹਿਲਾਂ ਬਣ ਚੁੱਕੀ ਸੀ। ਹਾਣੀ ਮੈਂ ਕੀਤੀ ਸੀ ਅਤੇ ਉਸ ਤੋਂ ਬਾਅਦ ਜਿਹੜੇ ਵਿਸ਼ਾਲ ਸੀ, ਇਹ ਮੈਨੂੰ ਬਹੁਤ, ਜਿਹੜਾ ਡਾਇਰੈਕਟਰ ਹੈ ਮੂਵੀ ਦਾ ਵਿਸ਼ਾਲ ਪਰਾਸ਼ਰ, ਇਹ ਮੈਨੂੰ ਕਾਫੀ ਚਿਰ ਤੋਂ ਵੇਖਦਾ ਆ ਰਿਹਾ ਸੀ ਯੂਟਿਊਬ ਦੇ ਉੱਤੇ, ਮਗਰ ਇਹ ਹੈਗਾ ਇੰਡੀਆ ਤੋਂ ਸੀ। ਅਤੇ ਇਹਨੇ ਮੈਨੂੰ ਫਿਰ ਅਪਰੋਚ ਕੀਤਾ 2 ਦਸੰਬਰ ਦੇ ਵਿੱਚ, ਅਤੇ 2 ਦਸੰਬਰ ਦੇ ਵਿੱਚ ਉਸੇ ਵੇਲੇ ਮੈਨੂੰ ਇੰਡੀਆ ਕਾਲ ਕਰ ਲਿਆ ਵੀ ਤੂੰ ਇੰਡੀਆ ਆ ਜਾ, ਆਪਾਂ ਦੂਜੀ ਬਾਈ ਜੀ ਤੁਸੀਂ ਸ਼ੁਰੂ ਕਰਦੇ ਹਾਂ। ਫਿਰ ਅਸੀਂ ਬਾਈ ਜੀ ਤੁਸੀਂ ਕੈਂਟ ਉੱਥੋਂ ਨਾਲ ਦੇ ਨਾਲ ਹੀ ਸ਼ੁਰੂ ਕਰਤੀ ਜੀ। 2 ਸਾਲ ਪਹਿਲਾਂ ਇਹਦੀ ਸ਼ੂਟਿੰਗ ਹੋਈ ਸੀ। ਹਾਂਜੀ। ਅੱਛਾ, ਸ਼ੂਟਿੰਗ ਦੇ ਦੌਰਾਨ ਤੁਹਾਡਾ ਕੋਈ, ਜਿਵੇਂ ਇਹਦੇ 'ਚ ਕਿਹੜੇ ਕਿਹੜੇ ਕਲਾਕਾਰ ਤੁਸੀਂ ਲਏ? ਕਲਾਕਾਰ ਜਦੋਂ ਸ਼ੁਰੂਆਤ ਕੀਤੀ ਸੀ, ਅਸੀਂ ਸ਼ੁਰੂਆਤ ਕੀਤੀ ਸੀ ਭਗਵੰਤ ਮਾਨ ਭਾਜੀ ਤੋਂ, ਉਹ ਜਿਹੜੇ ਐਮ ਪੀ ਬਣ ਗਏ ਸੀ। ਉਹ ਨਹੀਂ, ਐਮ ਪੀ ਨਹੀਂ ਬਣੇ ਸੀ, ਉਦੋਂ ਹਜੇ ਕਰ ਰਹੇ ਸੀ ਆਪਣੀ ਪ੍ਰਿਪੇਰੇਸ਼ਨ, ਤਿਆਰੀ ਕਰ ਰਹੇ ਸੀ। ਅੱਛਾ, ਹੋਰ ਕਿਹੜੇ ਤੁਹਾਡੇ ਨਾਲ ਹੀਰੋਇਨ ਕੌਣ? ਹੀਰੋਇਨ ਤੁਸੀਂ ਹੀਰੋ ਹੋ ਨਾ ਤੇ? ਹਾਂਜੀ, ਮੈਂ ਮੂਵੀ ਦੇ ਵਿੱਚ। ਤੁਹਾਡੇ ਨਾਲ ਜਿਹੜੇ ਹੀਰੋਇਨ ਕੌਣ ਨੇ? ਪੂਜਾ ਵਰਮਾ, ਉਹ ਵੀ ਇੰਡੀਆ ਤੋਂ, ਦਿੱਲੀ ਤੋਂ ਲੜਕੀ। ਅੱਛਾ ਜੀ। ਤੇ ਹੋਰ ਉਪਾਸਨਾ ਸਿੰਘ ਭੂਆ ਜੀ, ਕਪਿਲ ਸ਼ਰਮਾ ਸ਼ੋਅ ਤੋਂ ਸਾਰੇ ਜਾਣਦੇ, ਸਾਰੇ ਜਾਣਦੇ, ਬਹੁਤ ਮਸ਼ਹੂਰ ਨੇ।
ਪਰ ਉਹਨਾਂ ਨਾਲ ਕਿਵੇਂ ਕੰਮ ਕਰਕੇ ਲੱਗਿਆ ਤੁਹਾਨੂੰ? ਉਹ ਤੇ ਉਹਨਾਂ ਦਾ ਐਕਸਪੀਰੀਅੰਸ, ਉਹਨਾਂ ਦੀ ਹਰ ਚੀਜ਼ ਦੇ ਵਿੱਚ ਕਲਾ, ਅਸੀਂ ਉਹਨਾਂ ਤੋਂ ਜਿੰਨੇ ਇੰਸਪਾਇਰਡ ਹੋਏ ਆ ਕਰੀ ਹੋ ਹੀ ਨਹੀਂ ਸਕਦੇ, ਹੋਰ ਕੋਈ ਬੰਦਾ ਸਾਨੂੰ ਲੱਭਾ ਹੀ ਨਹੀਂ ਆ। ਸ਼ੀ ਵਾਸ ਪ੍ਰੀਟੀ ਮੱਚ ਅ ਗੋਡੈਸ ਫੋਰ ਅਸ। ਫਿਲਮ ਚ ਵੀ ਭੂਆ ਬਣਦੇ ਨੇ? ਨਹੀਂ, ਭੂਆ ਤੇ ਉਹ ਭਾਬੀ ਜੀ ਬਣਦੇ ਨੇ ਮੇਰੇ ਫਿਲਮ ਦੇ ਵਿੱਚ। ਅੱਛਾ, ਤੇ ਕਾਫੀ ਸਿੱਖਣ ਤੋਂ ਮਿਲਿਆ ਉਹਨਾਂ ਤੋਂ। ਕੋਈ ਫਿਲਮ ਦਾ ਕੋਈ ਤਜਰਬਾ ਉਹਨਾਂ ਦਾ? ਹਾਂਜੀ, ਮੈਂ ਚਾਹੂੰਗਾ ਵੀ ਉਹ ਪ੍ਰੋਮੋ ਵਿਖਾਇਆ ਜਾਏ ਉਹਨਾਂ ਲਈ, ਤੇ ਕਾਫੀ ਵਧੀਆ ਲੱਗੂਗਾ। ਬਾਕੀ ਉਹਨਾਂ ਨੇ ਕਲਾਕਾਰੀ ਬਾਖੂਬੀ ਨਾਲ ਦਿਖਾਈ ਹੈ ਜੀ ਆਪਣੀ, ਤੇ ਇਸ ਤੋਂ ਇਲਾਵਾ ਭਗਵੰਤ ਮਾਨ ਜੀ ਨਾਲ ਕੰਮ ਕਰਕੇ ਕਿਵੇਂ ਲੱਗਿਆ? ਭਗਵੰਤ ਮਾਨ ਮੇਰਾ ਆਈਡਲ ਸੀ ਕਾਮੇਡੀ ਦੇ ਵਿੱਚ, ਗੁਰਪ੍ਰੀਤ ਘੁੱਗੀ ਜੀ ਨੇ ਤੇ ਭਗਵੰਤ ਮਾਨ ਜੀ ਨੇ, ਇਹ ਸਾਡੇ ਤੋਂ ਕਾਫੀ ਛੋਟੇ ਹੁੰਦੇ ਤੁਸੀਂ ਉੱਥੇ ਬਚਪਨ 'ਚ ਉੱਥੇ ਪੰਜਾਬ 'ਚ ਇਹਨਾਂ ਨੂੰ ਜਦੋਂ ਜਾਣਦਾ ਰਿਹਾ ਸੀ ਸਕਿੱਚ ਤੋਂ ਲੈ ਕੇ ਭਗਵੰਤ ਮਾਨ ਦੀ ਜਿੰਨੀ ਵੀ ਇਹਨਾਂ ਨੇ ਸਕਿੱਟਾਂ ਕਰਦੇ ਸੀ ਸਕੂਲ ਵਾਲੀਆਂ, ਅਸੀਂ ਇਹਨਾਂ ਦੇ ਬਹੁਤ ਤਕੜੇ ਫੈਨ ਸੀ। ਤੇ ਜਦੋਂ ਇਹਨਾਂ ਦਾ ਪਹਿਲੀ ਵਾਰੀ ਮੈਨੂੰ ਫੋਨ ਆਇਆ, ਭਗਵੰਤ ਮਾਨ ਭਾਅ ਜੀ ਨੇ ਮੈਨੂੰ ਪਹਿਲੀ ਵਾਰੀ ਫੋਨ ਕੀਤਾ ਸੀ, ਉਦੋਂ ਮੈਂ ਤੇ ਹੈਰਾਨ ਸੀ ਵੀ ਮੈਨੂੰ ਫੋਨ ਆਇਆ ਭਗਵੰਤ ਮਾਨ ਭਾਅ ਜੀ ਦਾ, ਤੇ ਮੈਂ ਆਪਣੀ ਮੰਮੀ ਨੂੰ ਫੜਾਤਾ ਫੋਨ ਵੀ ਮੰਮਾ ਤੁਸੀਂ ਗੱਲ ਕਰੋ, ਮੈਨੂੰ ਲੱਗਦਾ ਕੋਈ ਮਜ਼ਾਕ ਕਰਦਾ ਵਾ। ਤੇ ਫਿਰ ਭਗਵੰਤ ਮਾਨ ਨਹੀਂ ਬੋਲ ਰਿਹਾ, ਭਗਵੰਤ ਮਾਨ ਨਹੀਂ ਬੋਲਦਾ ਸਰ। ਤੇ ਫਿਰ ਉੱਥੋਂ ਸਾਨੂੰ ਯਕੀਨ ਹੋਇਆ, ਫਿਰ ਉਹਨਾਂ ਨੇ ਗੱਲਾਂ ਗੁੱਲਾਂ ਕੀਤੀਆਂ, ਫਿਰ ਡੈਡੀ ਨੇ ਗੱਲਾਂ ਕੀਤੀਆਂ, ਤੇ ਫਿਰ ਉੱਥੋਂ ਜਾ ਕੇ ਹੋਇਆ ਵੀ ਨਹੀਂ ਸਭ ਭਗਵੰਤ ਮਾਨ ਭਾਅ ਜੀ ਬੋਲ ਦੇਣੇ। ਤੇ ਉਹ ਆਖਰੀ ਨੇ ਪੀ ਲਿਆ। ਅੱਛਾ, ਇਹ ਫਿਲਮ ਦੀ ਸ਼ੂਟਿੰਗ ਕਿੱਥੇ ਹੋਈ ਜ਼ਿਆਦਾਤਰ? ਇਹ ਚੰਡੀਗੜ੍ਹ ਦੇ ਵਿੱਚ, ਸਾਰੇ ਚੰਡੀਗੜ੍ਹ ਦੇ ਆਲੇ ਦੁਆਲੇ ਖਰੜ ਪਿੰਡ, ਹਾਂਜੀ, ਉਹਦੇ ਵਿੱਚ 99% ਉੱਥੇ ਸ਼ੂਟਿੰਗ ਹੋਈ ਆ। ਬਾਅਦ 'ਚ ਅਸੀਂ ਸ਼ੌਂਗ ਲਈ ਅਸੀਂ ਹਿਮਾਚਲ ਵੀ ਗਏ, ਕਸਾਲੀ ਵੀ ਗਏ, ਇੱਧਰ ਛੋਟੇ ਛੋਟੇ ਹਿਲਸ ਜਿਹੜੇ ਹਿਲ ਸਟੇਸ਼ਨ ਹੁੰਦੇ ਇਹਨਾਂ ਦੇ। ਮੈਂ ਪ੍ਰੋਮੋ ਦੇਖਿਆ, ਇਹਦੇ ਵਿੱਚ ਕਾਫੀ ਸਾਰੇ ਕਲਾਕਾਰ ਜਿਹੜੇ ਨਵੇਂ ਨੇ ਦੇਖਣ ਨੂੰ ਲੱਗ ਰਹੇ ਨੇ, ਅਤੇ ਉਹ ਕਿਸੇ ਥੀਏਟਰ ਨਾਲ ਸੰਬੰਧਿਤ ਨੇ ਜਾਂ ਫਿਲਮਾਂ ਦੇ ਵਿੱਚ ਉਹਨਾਂ ਦੇ ਛੋਟੇ ਮੋਟੇ ਰੋਲ ਆਉਂਦੇ ਰਹੇ? ਹਾਂਜੀ, ਨਹੀਂ, ਇਹਦੇ ਵਿੱਚ ਸਵਾਏ ਮੇਰੇ ਜਸਰੇਨ, ਭਗਵੰਤ ਮਾਨ, ਉਪਾਸਨਾ ਸਿੰਘ, ਤੇਜ ਸਪਰੂ ਅਤੇ ਪ੍ਰੀਤੀ ਸਪਰੂ ਅਤੇ ਪੂਜਾ ਵਰਮਾ ਤੋਂ ਸਵਾਏ ਬਾਕੀ ਸਾਰੇ ਆਰਟਿਸਟ ਥੀਏਟਰ ਤੁਸੀਂ। ਅੱਛਾ, ਇੱਕ ਸਾਡੇ ਦਰਸ਼ਕਾਂ ਨੂੰ ਉਹ ਦਿਖਾਓਗੇ ਜਿਹੜਾ ਜਸਰੀਨ ਅਤੇ ਕੋ ਮਾਤਾ ਦੇ ਨਾਲ ਗੱਲਬਾਤ ਕਰਦੇ ਨੇ, ਉਹ ਦੇਖਦੇ ਹਾਂ ਅਤੇ ਉਸ ਤੋਂ ਬਾਅਦ ਫਿਰ ਆਪਾਂ ਕਰਦੇ ਹਾਂ ਗੱਲ। ਮੈਂਟਲ ਵੇ ਬੁੱਢੀ ਹੋਵੇ ਤੇਰੀ ਮਾਂ, ਮੈਂ ਤਾਂ ਅਜੇ ਵੀ ਜਵਾਨ ਪਈ ਹਾਂ, ਭਾਵੇਂ ਕੱਲ੍ਹ ਵਿਆਹ ਕਰਵਾ ਲਾ। ਹਾਂਜੀ, ਬੜਾ ਵਧੀਆ ਇਹਨਾਂ ਨੇ ਰੋਲ ਕੀਤਾ ਜਸਰੀਨ। ਲੱਗ ਨਹੀਂ ਰਿਹਾ ਕਿ ਪੰਜਾਬ ਦੇ ਵਿੱਚ ਜਾ ਕੇ ਉੱਥੇ ਵਰਗੀ ਠੇਠ ਪੰਜਾਬੀ ਔਰ ਉਹ ਮਾਈ ਦੇ ਨਾਲ ਇਸ ਤਰੀਕੇ ਦਾ ਵਾਰਤਾਲਾਪ, ਕਮਾਲ ਦੀ ਗੱਲ ਹੈ। ਇਹ ਜਸਰੀਨ ਮੈਨੂੰ ਜਦੋਂ ਪਹਿਲੀ ਵਾਰੀ ਮਿਲਿਆ ਸੀ, ਇਹਨੂੰ ਬਿਲਕੁਲ ਥੋੜ੍ਹੀ ਥੋੜ੍ਹੀ ਪੰਜਾਬੀ ਆਉਂਦੀ ਹੁੰਦੀ ਸੀ, ਅਤੇ ਮੈਨੂੰ ਬਹੁਤ ਹਾਸਾ ਹੁੰਦਾ ਸੀ ਕਦੀ ਮਿਲ ਕੇ ਵੀ ਇਹਨੂੰ ਪੰਜਾਬੀ ਨਹੀਂ ਆਉਂਦੀ, ਉੱਤੋਂ ਮਤਲਬ ਕਿ ਪੂਰਾ ਸਿੱਖ ਸਰੂਪ ਹੈ ਪਰ ਪਾਕਿਸਤਾਨ ਸ਼ੁਰੂ ਤੋਂ ਬੰਦ ਆ, ਬਹੁਤ ਵਧੀਆ ਆਪਣੇ ਆਪ ਨੂੰ ਮੇਨਟੇਨ ਕਰਕੇ ਰੱਖਦਾ ਵਾ, ਅਤੇ ਮਗਰ ਪੰਜਾਬੀ ਦੇ ਵੱਲੋਂ ਥੋੜ੍ਹਾ ਹੱਥ ਟਾਈਟ ਸੀ ਇਹਦਾ, ਅਤੇ ਕਾਫੀ ਸਾਡਾ ਹਾਸਾ ਮਜ਼ਾਕ ਹੁੰਦਾ ਸੀ ਵੀ ਮੈਂ ਫਿਰ ਇਹਨੂੰ, ਅਸੀਂ ਪੰਜਾਬੀ ਦੇ ਉੱਤੇ ਕਾਫੀ ਵਰਕਆਊਟ ਕੀਤਾ। ਇਹਦੇ ਲਈ ਇਹ ਮੂਵੀ ਬਹੁਤ ਹੀ ਸਿੱਖਿਆ ਲਈ ਬਣੀ, ਕਿਉਂਕਿ ਇਹਨੇ ਪੰਜਾਬ ਦਾ ਕਲਚਰ ਵੇਖਿਆ। ਇਹ ਕਸ਼ਮੀਰ ਤੋਂ ਆ, ਇਹ ਪੰਜਾਬ ਤੋਂ ਨਹੀਂ ਸੀ। ਅੱਛਾ, ਕਸ਼ਮੀਰ ਦੇ ਨੇ? ਹਾਂਜੀ, ਇਹ ਪੰਜਾਬ 'ਚ ਪਹਿਲੀ ਵਾਰੀ ਗਿਆ ਸੀ ਇਹ ਮੂਵੀ ਦੇ ਨਾਲ। ਅੱਛਾ, ਇਹ ਵੀ ਤੁਹਾਡੇ ਨਾਲ ਪੜ੍ਹਦੇ ਰਹੇ ਨੇ, ਇਹਨਾਂ ਨਾਲ ਥੋੜ੍ਹਾ ਮਿਲਣ ਦਾ ਸਬੱਬ ਕੀ? ਅਸੀਂ ਉੱਥੇ ਹੀ ਮਿਲੇ ਸੀ ਯੂਨੀਵਰਸਿਟੀ ਦੇ ਵਿੱਚ, ਪਹਿਲੇ ਸਾਲ ਦੇ ਸੀ ਜਦੋਂ ਮੈਂ ਇਕੱਠੇ ਗਏ। ਹਾਂਜੀ, ਅਤੇ ਉੱਥੇ ਜਾ ਕੇ ਇੱਕ ਮਿਲੇ ਸੀ, ਅਸੀਂ ਇੱਕ ਦੂਜੇ ਨੂੰ ਪਹਿਲਾਂ ਲਾਈਕ ਨਹੀਂ ਕਰਦੇ ਹੁੰਦੇ ਸੀ, ਕਿਉਂਕਿ ਇਹਨੂੰ ਪੰਜਾਬੀ ਨਹੀਂ ਆਉਂਦੀ ਹੁੰਦੀ ਸੀ ਅਤੇ ਮੈਂ ਪੰਜਾਬੀ ਬੋਲਦਾ ਹੁੰਦਾ ਸੀ। ਅੱਛਾ, ਮੈਂ ਇਹਨੂੰ ਇੰਨਾ ਨਾ ਸੀ ਵੀ ਤੂੰ ਸਾਰਾ ਕੁਛ ਸਮਝ ਕੇ ਤੈਨੂੰ ਪੰਜਾਬੀ ਨਹੀਂ ਬੋਲਣੀ ਆਉਂਦੀ, ਅਤੇ ਫਿਰ ਹੌਲੀ ਹੌਲੀ ਇਹਨੂੰ ਮੈਂ ਵੇਖਿਆ ਵੀ ਜਦੋਂ ਪ੍ਰੈਜੈਂਟੇਸ਼ਨ ਕਰਦਾ ਹੁੰਦਾ ਸੀ ਕਲਾਸ ਦੇ ਸਾਹਮਣੇ, ਬਹੁਤ ਹੀ ਵਧੀਆ ਕਰਦਾ ਹੁੰਦਾ ਸੀ। ਫਿਰ ਸਾਡੇ ਉੱਥੋਂ ਅਸੀਂ ਇਕੱਠੇ ਹੋ ਗਏ, ਉੱਥੇ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ, ਅਤੇ ਫਿਰ ਅਸੀਂ ਆਈਡੀਆ ਬਣਾਉਣੇ ਸ਼ੁਰੂ ਕਰਤੇ ਵੀ ਅਸੀਂ ਇੱਦਾਂ 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 ਯੂਟਿਊਬ ਦੇ ਉੱਤੇ ਆਪਾਂ ਕੰਮ। ਅੱਛਾ, ਤੁਸੀਂ ਡਾਂਸ ਵੀ ਸਿੱਖਿਆ ਜਿਵੇਂ ਫਿਲਮ ਦੇ ਵਿੱਚ ਤੁਹਾਨੂੰ ਕਈ ਗੀਤਾਂ 'ਤੇ ਡਾਂਸ ਕਰਨਾ ਪਿਆ? ਹਾਂਜੀ, ਡਾਂਸ ਕਰਨਾ ਮੇਰੇ ਲਈ ਬਹੁਤ ਹੀ ਕੰਪੀਟੀਸ਼ਨ ਸੀ ਇਹ ਮੂਵੀ ਦੇ ਵਿੱਚ। ਓਕੇ, ਕਿਉਂਕਿ ਮੈਂ ਇੱਕ ਕਮੇਡੀਅਨ ਰਿਹਾ ਅਤੇ ਕਾਮੇਡੀ ਦੇ ਵਿੱਚੋਂ ਨਿਕਲ ਕੇ ਮੈਨੂੰ ਪਹਿਲੀ ਵਾਰੀ ਸੀਰੀਅਸ ਰੋਲ ਮਿਲਿਆ ਸੀ, ਅਤੇ ਸੀਰੀਅਸ ਰੋਲ ਮੇਰੇ ਲਈ ਥੋੜ੍ਹੀ ਜਿਹੀ ਕੰਪੀਟੀਸ਼ਨ ਸੀ, ਮੇਰੇ ਲਈ ਥੋੜ੍ਹਾ ਚੈਲੰਜ ਸੀ। ਅਤੇ ਮਗਰ ਮੇਰੇ ਨਾਲ ਜਿਹੜੀ ਟੀਮ ਸੀ ਬਹੁਤ ਵਧੀਆ ਸੀ, ਉਹਨਾਂ ਨੇ ਪੂਰੀ ਸਪੋਰਟ ਕੀਤੀ ਮੈਨੂੰ। ਜਿਹੜੀ ਡਾਂਸਿੰਗ ਆ ਆਉਂਦੀ ਨਹੀਂ ਸੀ, ਮਗਰ ਮੈਂ ਸਿੱਖ ਲਈ ਸੀ। ਸਾਡੇ ਦਰਸ਼ਕਾਂ ਨੂੰ ਦਿਖਾਓਗੇ ਆਪਣਾ ਸੀਨ? ਇੱਕ ਗਾਣਾ ਹੈਗਾ ਮੂਵੀ ਦੇ ਵਿੱਚ, ਅਤੇ ਮੈਂ ਜ਼ਰੂਰ ਚਾਹੂੰਗਾ ਵੀ ਤੁਸੀਂ ਵੇਖੋ ਸਾਰੇ ਜਣੇ। ਓਕੇ, ਮੈਨੂੰ ਪੂਰਾ ਯਕੀਨ ਹੈ। ਅੱਛਾ, ਕਿਹਦੇ ਤੇ? ਆਪਣੀ ਮਿੰਤਾ ਦੇ, ਆਪਣੇ ਪਿਆਰ ਦੇ। ਹੁਣ ਦੂਰ ਨਹੀਂ ਜਾ ਸਕਦੇ ਐਂ